कहते हैं जो हलाल Yeah.
विचार नाल लड़ी चल रही है। पिछले दो श्लोकों विच एक मसला सी, बाबा कबीर जी ने आख्या मैं काबे गया तो सबर किया, ये मैं काबे भी जावा कहन लगे मैं काबे गया, साईं मालिक काबे दा मालिक मेरे नाल लड़ पिया गुस्से होया है क्यों है? गुस्से होया कहन लगे मैं फिर भी काबे जानो हटिया नहीं, मालिक गुस्से होया कोई हर मेरे विच कोई कमी होगी मुझ अवगन सहना ही दोष, तै सह मन में किया रोस, गुस्से होया मुझ अवगन कोई मेरे विच कोई गुना कोई कमी होगी, इसलिए मैं बार बार गया। अगले श्लोक में मैं पिछली लड़ी नाल जोड़ना चाहूंगा। अगले श्लोक में कहने लगे कबीर हज काबे होए होए गया कितनी बार कबीर, पहले श्लोक में सी हज काबे हो जाए था आगे मिले खुदाए साईं मुझ सुन लर परिया, अगले श्लोक विच एक ख्याल दे दिता कहन लगे कबीर हज काबे होए होए गया कितनी बार कबीर, एक बार नहीं कई बार गया, पर रोस वजो साईं मेरे नाल मालिक मेरे नाल गल ही नहीं करदा, बोलदे नहीं सी, अक्सर रोस विच ऐसा माहौल बन जाता है। लॉजिकता नूं सामने रख के किड़े खूबसूरत ढंग नाल कोई गल समझांदे ने बाबा कबीर, कहिंदे ने होए होए गया कितनी बार कबीर, बोलदा नहीं सी, आखिर मैं आख्या जी मैनूं दसो ते सही मेरी की गलती है मेरा की गुना है इसलिए मेरे ते नाराज हो मेरे नाल गल ही नहीं करते, देखो किड़िया लॉजिक गल्ला ने श्री गुरु ग्रंथ साहिब विच, साईं मुझ में क्या खता मेरे विच की गुना है, मुखो ना बोले पीर मालिक मुर्शिद मेरे नाल बोलता ही नहीं गल नहीं करना, हम पिछली बार दे ये दो श्लोक सन ऐसे खलो गए कि बाबा कबीर एक ख्याल दे रहे हैं कहिंदा मैं खुदा दे घर विच भी गया खुदा मेरे नाल बोलिया ही नहीं, कोई मेरे विच जरूर कमी, साईं मुझ में क्या खता मुखो ना बोले पीर, लगे जो मैं आख्या ना मालिक मेरी गुना की गल दस मैं कमी दूर करा, तू मेरे नाराज क्यों हो बोलता ही नहीं, हम अज दुआले श्लोक मैं जरूरी क्यों सुन नाल जोड़ साई बोल पे, उन्हें आख्या मैं तेन तेरी खता तेरा गुना तेरी कमजोरी तेरी कमी दसा, जिस गल लई तेरा आना मैनू परवान नहीं हो रहा दसा, हुण अज दे श्लोक मानो साईं मालिक जेड़ा तीर्थां ते काबे रब दा घर समझ के कोई नावे तीर्थ कोई हज जाए
ਕੋਈ ਕਰੇ ਪੂਜਾ ਕੋਈ ਸਿਰ ਨਿਆਏ ਜਿਹੜੇ ਇਹੋ ਰੱਬ ਦੇ ਘਰ ਵਿੱਚ ਜਾ ਕੇ ਰੱਬ ਨਾਲ ਰਿਸ਼ਤਾ ਗੰਢਣਾ ਚਾਹੁੰਦੇ ਨੇ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਦੂਰ ਨਹੀਂ ਕਰਦੇ ਉਹਨਾਂ ਨੂੰ ਸਮਝਾਉਣ ਲਈ ਕਿਹੜਾ ਖੂਬਸੂਰਤ ਤਰੀਕਾ ਹੈ ਬਾਬਾ ਕਬੀਰ ਕਹਿੰਦੇ ਨੇ ਸਾਈ ਨੇ ਮਾਈ ਨੇ ਮਾਲਕ ਨੇ ਮੈਨੂੰ ਮੇਰੀ ਖਤਾ ਦੱਸੀ ਗੁਨਾਹ ਦੱਸਿਆ ਉਹ ਕਹਿਣ ਲੱਗੇ ਤੂੰ ਹਰ ਕੰਮ ਹਰ ਜ਼ੁਲਮ ਅਨਿਆਏ ਬੇਇਨਸਾਫੀ ਧੱਕਾ ਜ਼ੋਰੀ ਮੇਰੇ ਨਾਂ ਤੇ ਕਰਨਾ ਧਰਮ ਕਿਉਂਕਿ ਮੇਰਾ ਘਰ ਹੈ ਤੇ ਤੂੰ ਜਿੰਨਾ ਗੁਨਾਹ ਕਰ ਰਿਹਾ ਸਾਰਾ ਧਰਮ ਦੇ ਨਾਲ ਤੂੰ ਬੜੀ ਖੁਸ਼ ਸੰਸਾਰ ਅੰਦਰ ਔਗੁਣ ਨੇ ਗੁਨਾਹ ਨੇ ਆਪਣੇ ਆਪਣੇ ਗੁਨਾਹ ਔਗੁਣ ਜਿਹੜੇ ਨੇ ਉਹ ਸਾਂਝੇ ਕਰ ਪਰ ਜੇ ਤੂੰ ਜੀ ਵੀ ਮਾਰਨਾ ਹੈ ਜੇ ਤੂੰ ਕੁਰਬਾਨੀ ਵੀ ਦੇਣਾ ਹੈ ਤੂੰ ਲਫ਼ਜ਼ ਕਹਿਣਾ ਹੈ ਕਿ ਇਹ ਕੁਰਬਾਨੀ ਖੁਦਾ ਦੇ ਨਾਮ ਤੇ ਹੈ ਲਫ਼ਜ਼ ਜਿਹੜੇ ਨੇ ਬੜੇ ਸਮਝਣ ਵਾਲੇ ਨੇ ਕਹਿਤੇ ਹੈ ਜੋ ਹਲਾਲ ਅਸੀਂ ਸੁਣੀ ਸੁਣਾਈ ਭਾਸ਼ਾ ਵਿੱਚ ਹਲਾਲ ਮਾਸ ਨੂੰ ਆਖਦੇ ਨੇ ਜਿਹੜਾ ਮੁਸਲਮਾਨ ਦੇ ਤਰੀਕੇ ਨਾਲ ਬਣਿਆ ਹੁੰਦਾ ਮੁਸਲਮਾਨ ਵੀ ਉਹਨੂੰ ਉਹਦੇ ਕੋਲੋਂ ਸੁਣਿਆ ਵੀ ਇਹ ਹਲਾਲ ਹੈ ਅਸੀਂ ਉਹਦਾ ਨਾਮ ਹਲਾਲ ਰੱਖ ਲਿਆ ਅੱਜ ਤੁਸੀਂ ਇੱਥੇ ਵੀ ਬਾਜ਼ਾਰਾਂ ਵਿੱਚ ਜਾਓ ਨਾ ਮਾਰਕੀਟ ਵਿੱਚ ਅਤੇ ਮਾਸ ਦੇ ਉਸ ਪੈਕਿੰਗ ਦੇ ਉੱਤੇ ਹਲਾਲ ਲਿਖਿਆ ਹੁੰਦਾ ਹੈ ਹਲਾਲ ਕਿਉਂ ਲਿਖਿਆ ਹੁੰਦਾ ਧਰਮ ਦੀ ਨਜਾਇਜ਼ ਵਰਤੋਂ ਗੁਰਬਾਣੀ ਹਰ ਗੱਲ ਨੂੰ ਸੋਚ ਖੋਲ ਕੇ ਸਮਝਾ ਰਹੀ ਹਲਾਲ ਕਿਉਂ ਲਿਖਿਆ ਹੁੰਦਾ ਕਿਉਂਕਿ ਮੁਸਲਮਾਨ ਉਹਨੂੰ ਹਲਾਲ ਆਖਦਾ ਅਤੇ ਹਲਾਲ ਧਰਮ ਦਾ ਨਾਂ ਹੈ ਲਓ ਇੱਥੇ ਰੁਕਣਾ ਕਹਿੰਦੇ ਹੈ ਜੋ ਹਲਾਲ ਹਲਾਲ ਧਰਮ ਦਾ ਨਾਂ ਹੈ ਆਪਾਂ ਦੋ ਲਫ਼ਜ਼ ਆਪਣੇ ਪ੍ਰਚਲਿਤ ਨੇ ਹਰਾਮ ਅਤੇ ਹਲਾਲ ਜਿਹੜੀ ਨਜਾਇਜ਼ ਕਿਰਤ ਹੈ ਉਹਨੂੰ ਕਹਿੰਦੇ ਹਰਾਮ ਦਾ ਖਾਂਦਾ ਤੇ ਹਲਾਲ ਦਾ ਗੁਰੂ ਨੇ ਵੀ ਬਾਣੀ ਵਿੱਚ ਕਹਿ ਦਿੱਤਾ ਹੱਕ ਪਰਾਇਆ ਨਾਨਕਾ ਉਹ ਸੂਰ ਗਾਏ ਕੁਰਬਾਨੀ ਤੇ ਉਹ ਹੈ ਜਿਹੜਾ ਪਰਾਇਆ ਹੱਕ ਹੈ ਪਰ ਇੱਥੇ ਹਲਾਲ ਜਿਹੜਾ ਹੈ ਲਫ਼ਜ਼ ਉਹਨੂੰ ਧਰਮ ਦਾ ਨਾਮ ਦਿੱਤਾ ਗਿਆ ਕਿਉਂਕਿ ਦੁਨੀਆਂ ਅੰਦਰ ਇੱਕ ਪ੍ਰਚਲਿਤ ਤਰੀਕਾ ਵਸੀਲਾ ਬਣ ਗਿਆ ਮਨੁੱਖ ਦਾ ਸਿਆਣੇ ਮਨੁੱਖ ਦਾ ਉਹ ਜਿਹੜਾ ਵੀ ਜ਼ੁਲਮ ਕਰਨਾ ਚਾਹੁੰਦਾ ਸੀ ਉਹ ਰੱਬ ਦੇ ਨਾਮ ਤੇ ਬੜਾ ਸੌਖਾ ਬੜੀ ਲੰਬਾ ਚੌੜਾ ਇਹ ਸਬਜੈਕਟ ਹੈ ਇੱਕ ਦਿਨ 'ਚ ਖਤਮ ਹੋਣ ਵਾਲਾ ਨਹੀਂ ਕਿ ਬ੍ਰਹਮਣਿਜ਼ਮ ਨੇ ਵੀ ਆ ਦੇਵੀ ਦੇਵਤੇ ਕਿਉਂ ਬਣਾਏ ਉਹਨਾਂ ਦੇ ਨਾਮ ਨਾਲ ਇਹ ਕਹਾਣੀਆਂ ਕਿਉਂ ਘੜੀਆਂ ਫਿਰ ਉਹ ਸਾਡੇ ਨਾਲ ਵੀ ਗੁਰੂ ਦਸਮ ਪਾਤਸ਼ਾਹ ਜੀ ਨਾਲ ਵੀ ਵਿਚਿੱਤਰ ਨਾਟਕ ਦੇ ਨਾਮ ਥੱਲੇ ਉਹ ਕਹਾਣੀਆਂ ਕਿਉਂ ਪਾਈਆਂ ਕਿਉਂਕਿ ਜੋ ਕੰਮ ਬ੍ਰਾਹਮਣ ਆਪ ਕਰਨਾ ਚਾਹੁੰਦਾ ਸੀ ਉਹ ਦੇਵੀ ਦੇਵਤਿਆਂ ਕੋਲੋਂ ਕਰਾਇਆ ਆਪ ਕਰਕੇ ਗ੍ਰੰਥ ਲਿਖ ਦਿੱਤੇ ਅਤੇ ਫਿਰ ਕਹਿਣ ਜੋਗਾ ਬਣ ਗਿਆ ਲੈ ਜੇ ਫਲਾਣਾ ਦੇਵਤਾ ਇਹ ਕੰਮ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਕਿਉਂਕਿ ਆਪਣੇ ਆਪ ਨੂੰ ਵੀ ਬ੍ਰਾਹਮਣ ਦੇਵਤਾ ਆਖਦਾ ਸੀ ਇਹੋ ਵਤੀ ਵਸੀਲਾ ਅਤੇ ਤਰੀਕਾ ਸੰਸਾਰ ਅੰਦਰ ਬੜਾ ਪ੍ਰਚਲਿਤ ਹੋ ਗਿਆ ਕਿ ਹਰ ਜ਼ੁਲਮ ਕਰਨ ਵਾਲੇ ਨੇ ਹਰ ਗੁਨਾਹ ਕਰਨ ਵਾਲੇ ਨੇ ਧਰਮ ਦੀ ਵਰਤੋਂ ਕੀਤੀ ਹੁਣ ਹਲਾਲ ਤੇ ਕਹਿੰਦੇ ਨੇ ਧਰਮ ਦੇ ਹਿੱਸੇ ਨੂੰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹੋ ਕਿਸੇ ਇਸਲਾਮ ਵਾਲੇ ਦੇ ਸਾਹਮਣੇ ਵੀ ਰੱਖੋ ਪਿਆਰ ਨਾਲ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਜ ਨਮਾਜ਼ਾਂ ਦਾ ਜਿੱਥੇ ਜ਼ਿਕਰ ਕੀਤਾ ਹੈ ਮੁਸਲਮਾਨ ਬਣਨ ਦਾ ਜਿੱਥੇ ਜ਼ਿਕਰ ਕੀਤਾ ਹੈ ਉੱਥੇ ਹਲਾਲ ਨੂੰ ਧਰਮ ਵਿੱਚ ਰੱਖਿਆ ਹੈ ਗੁਰਬਾਣੀ ਪੜ੍ਹੋ ਸਤਿਗੁਰ ਕਹਿੰਦੇ ਨੇ ਪੰਜ ਨਮਾਜ਼ਾਂ ਜਿਹੜੀਆਂ ਪੰਜ ਵਕਤ 'ਤੇ ਪੜ੍ਹੀਆਂ ਜਾਂਦੀਆਂ ਨੇ ਉਹਨਾਂ ਦੇ ਨਾਂ ਤੁਹਾਨੂੰ ਦੱਸਣਾ ਗੁਰੂ ਨਾਨਕ ਕਹਿੰਦੇ ਨੇ ਪੰਜ
ਰਾਜਾਂ ਦੇ ਨਾਮ ਕੀ ਨੇ? ਪਹਿਲਾ ਸੱਚ ਅੱਗੇ ਪੜੋ ਸਿਰਫ ਮੇਰੀ ਜ਼ਬਾਨ ਤੇ ਵਿਸ਼ਵਾਸ ਨਾ, ਉਸ ਵੀ ਨੂੰ ਸਾਲ ਦੀ ਬਾਣੀ ਪੜੋ ਤੇ ਕਹਿੰਦੇ ਨੇ ਪਹਿਲਾ ਸੱਚ ਹਲਾਲ ਦੋਏ, ਦੂਜੀ ਨਮਾਜ਼ ਹੀ ਹਲਾਲ ਹੈ। ਮੁਸਲਮਾਨ ਬਣਨ ਲਈ ਨਮਾਜ਼ ਤਾਂ ਪੜ੍ਹਨੀ ਹੈ ਨਾ। ਇਹਦਾ ਮਤਲਬ ਇਸਲਾਮ ਮੁਸਲਮਾਨ ਤਾਂ ਬਣਦਾ ਹੈ ਜੇ ਹਲਾਲ ਦੋਏ। ਫਿਰ ਵੀ ਸਵਾਲ ਖੜਾ ਹੋ ਜਾਏਗਾ ਕਿ ਹਲਾਲ ਕਿਸੇ ਖਾਣ ਵਾਲੀ ਚੀਜ਼ ਦਾ ਨਾਂ ਹੈ? ਲਓ ਇਸ ਗੱਲ ਨੂੰ ਵੀ ਬਾਣੀ ਨੇ ਹੋਰ ਸਪਸ਼ਟ ਕੀਤਾ। ਕਹਿਣ ਲੱਗੇ ਮਿਹਰ ਮਸੀਤ, ਕਿਸੇ ਤੇ ਦਇਆ ਕਰਨੀ, ਮਿਹਰ ਕਰਨੀ, ਦਇਆ ਜਿਹੜੀ ਹੈ ਉਹਨੂੰ ਮਸਜਿਦ ਬਣਾ ਲੈ ਤੇ ਸਿਦਕ ਵਿਸ਼ਵਾਸ ਨੂੰ ਮਸਾਲਾ ਬਣਾ ਲੈ। ਨਮਾਜ਼ ਕਿਵੇਂ ਪੜ੍ਹਨੀ? ਅਗਲੇ ਲਫ਼ਜ਼ ਪੜ੍ਹੋ, ਉੱਥੇ ਸਪਸ਼ਟ ਕਰ ਦਿੱਤਾ ਹੈ ਹਲਾਲ ਕੀ ਹੈ। ਹੱਕ ਹਲਾਲ ਕੁਰਾਨ, ਜਿਹੜੀ ਹੱਕ ਦੀ ਕਮਾਈ ਹੈ, ਘਾਲ ਖਾਏ ਕਿਛ ਹੱਥੋਂ ਦੇ, ਜਿਹੜੀ ਹੱਕ ਦੀ ਕਮਾਈ ਹੈ ਹਲਾਲ ਉਹ ਹੈ, ਜਿਹੜੀ ਚੋਰੀ ਦੀ ਕਮਾਈ ਹੈ ਉਹ ਹਰਾਮ ਹੈ। ਹੁਣ ਦੇਖੋ ਹਲਾਲ ਦੇ ਅਰਥ ਸਪਸ਼ਟ ਕਰ ਰਹੇ ਨੇ ਤੇ ਅਸੀਂ ਵਸਤੂ ਦਾ ਨਾਮ ਹਲਾਲ ਰੱਖ ਲਿਆ ਤੇ ਕਿਉਂ ਰੱਖਿਆ? ਕਿਉਂਕਿ ਅਸੀਂ ਆਪਣੇ ਕਰਮ ਨੂੰ ਧਰਮ ਦਾ ਨਾਮ ਦੇਣਾ ਚਾਹੁੰਦੇ ਹਾਂ। ਬਲਕਿ ਗੱਲ ਵਿਸ਼ਵਾਸ ਕਰਿਓ, ਵਿਸ਼ਵਾਸ ਕਿ ਤੁਸੀਂ ਅੱਖੀਂ ਦੇਖ ਲਓ, ਅੱਜ ਵੀ ਦੇਖ ਲਓ ਤੇ ਪੁਰਾਤਨ ਹਿਸਟਰੀ ਵੀ ਪੜ੍ਹ ਲਓ। ਸੰਸਾਰ ਅੰਦਰ ਜਿੰਨਾ ਜ਼ੁਲਮ ਤੇ ਅਨਿਆਇ ਹੋਇਆ ਉਹ ਧਰਮ ਨਾਮ ਥੱਲੇ ਨਹੀਂ ਹੋਇਆ, ਧਰਮ ਨਾਮ ਥੱਲੇ ਹੋਇਆ। ਹਾਲਾਂਕਿ ਧਰਮ ਅਨਿਆਇ ਤੇ ਜ਼ੁਲਮ ਨੂੰ ਪ੍ਰਵਾਨ ਨਹੀਂ ਕਰਦਾ। ਬਾਣੀ ਵਿੱਚੋਂ ਬਹੁਤ ਕੁਝ ਮਿਲਦਾ, ਮੈਂ ਤੇ ਇਸ ਦੀ ਖੋਜ ਵਿੱਚ ਜਾਣਨਾ ਬੜਾ ਸਵਾਦ ਆਉਂਦਾ। ਸਤਿਗੁਰੂ ਕਹਿੰਦੇ ਨੇ ਮੈਂ ਤੈਨੂੰ ਰੱਬ ਦਾ ਸੁਭਾਅ ਦੱਸਾਂ, ਉਹ ਕਰਦਾ ਕੀ ਹੈ? ਜੋ ਕਰੇ ਸੋ ਧਰਮ ਨਿਆਏ ਰਾਮ, ਕਿਉਂਕਿ ਨਿਆ ਇਨਸਾਫ ਧਰਮ ਹੈ। ਹੁਣ ਜੇ ਇਨਸਾਫ ਧਰਮ ਹੈ ਤਾਂ ਫਿਰ ਸੰਸਾਰ ਦੇ ਜ਼ੁਲਮ ਕਰਨ ਵਾਲਿਆਂ ਨੇ ਹਰ ਧਰਮੀ ਕੋਲੋਂ ਧਰਮ ਦੇ ਨਾਮ ਥੱਲੇ ਕਤਲ ਕਿਉਂ ਕਰਾਏ? ਇਸ ਦੀ ਪੜ੍ਹ ਲਓ। ਉਹਨਾਂ ਆਖਿਆ ਵੀ ਜੇ ਧਰਮੀ ਇਹਦੇ ਤੇ ਮੋਹਰ ਲਾ ਦੇਗਾ ਤਾਂ ਇਹ ਅਨਿਆਏ ਨਹੀਂ ਰਹੇਗਾ, ਸਾਡਾ ਇੱਥੇ ਇਲਜ਼ਾਮ ਨਹੀਂ ਲੱਗੇਗਾ, ਕਲੰਕ ਨਹੀਂ ਲੱਗੇਗਾ। ਮੈਂ ਕੀ ਬਰਸ ਕਰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਫੈਸਲਾ ਔਰੰਗਜ਼ੇਬ ਕਰਦਾ ਪਰ ਫਤਵਾ ਕਾਜ਼ੀ ਲਾਉਂਦਾ। ਅੱਜ ਵੀ ਜਾ ਕੇ ਦੇਖੋ ਸੀਸਗੰਜ ਸਥਾਨ ਤੇ ਦੇਖੋ, ਬਿਲਕੁਲ ਦੇ ਨਾਲ ਮਸਜਿਦ ਹੈ। ਇਹ ਸਾਰੀਆਂ ਗੱਲਾਂ ਦੇ ਸਾਡੀ ਖੋਜ ਦੀ ਨਿਸ਼ਾਨੀ ਹੈ। ਚਾਂਦਨੀ ਚੌਂਕ ਦੇ ਗੁਰਦੁਆਰੇ ਦੇ ਬਿਲਕੁਲ ਦਰਵਾਜ਼ੇ ਦੇ ਨਾਲ ਮਸਜਿਦ ਹੈ, ਉਹ ਵੀ ਪੁਰਾਤਨ ਹੈ। ਉਹ ਇਤਿਹਾਸ ਦਾ ਚਿੰਨ੍ਹ ਹੈ ਕਿ ਇੱਥੇ ਬੈਠ ਕੇ ਕਾਜ਼ੀ ਨੇ ਫਤਵਾ ਲਾਇਆ ਤੇ ਉਸ ਫਤਵੇ ਦੇ ਮੁਤਾਬਕ ਚਾਂਦਨੀ ਚੌਂਕ ਜਿਹਨੂੰ ਅਸੀਂ ਕਹਿੰਦੇ ਹਾਂ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਹੁਣ ਔਰੰਗਜ਼ੇਬ ਚਾਹੁੰਦਾ ਹੈ ਕਿ ਜੇ ਕਾਜ਼ੀ ਫਤਵਾ ਲਾ ਦੇਗਾ ਤੇ ਇਹਦਾ ਕਤਲ ਜਿਹੜਾ ਹੈ, ਇਹਦਾ ਇਹਦੀ ਸ਼ਹੀਦੀ ਜਿਹੜੀ ਹੈ ਉਹ ਜਸਟੀਫਾਈ ਹੋ ਜਾਏਗੀ ਕਿ ਧਰਮ ਦੀ ਅਵਗਿਆ ਕਰਨ ਵਾਲਾ ਹੈ, ਕਿਉਂਕਿ ਧਰਮੀ ਫਤਵਾ ਦੇ ਰਿਹਾ।
ਪ੍ਰਾਪਤ ਤੱਕ ਚੱਲੀ ਆਉਂਦੀ ਚੀਜ਼ ਕਾਜ਼ੀ ਫਤਵਾ ਦਿੰਦਾ ਸੀ ਤੇ ਕਾਜ਼ੀ ਕੋਲੋਂ ਫਤਵਾ ਲਵਾਉਣ ਵਾਲੇ ਕੌਣ ਸਨ ਸਿਆਸੀ ਲੋਕ ਰਾਜਗੱਦੀਆਂ ਤੇ ਬੈਠੇ ਹੋਏ ਬਾਦਸ਼ਾਹ ਸਿਕੰਦਰ ਇਸੇ ਲਈ ਗੁਰੂ ਨੇ ਬਾਣੀ ਵਿੱਚ ਗੱਲ ਆਖ ਦਿੱਤੀ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਣ ਬੈਠੇ ਸੁੱਤੇ ਰਾਤ ਪਿੱਤ ਕੁੱਤੇ ਉਹ ਚੱਕ ਜਾਓ ਕਿਉਂਕਿ ਦੋਨੋਂ ਮਿਲ ਚੁੱਕੇ ਸਨ ਬਾਬਾ ਕਬੀਰ ਜੀ ਦੇ ਖਿਆਲ ਦੇ ਤੋਂ ਪਹਿਲਾਂ ਇਹ ਗੱਲ ਸਮਝਣਾ ਸਾਡੇ ਸਾਹਮਣੇ ਇਤਿਹਾਸ ਕਿ ਉਸੇ ਕਬੀਰ ਨੂੰ ਬ੍ਰਾਹਮਣ ਵੀ ਮਾਰਨ ਲਈ ਗੰਗਾ ਵਿੱਚ ਸੁੱਟ ਰਿਹਾ ਗੰਗਾ ਵਿੱਚ ਸੁੱਟ ਜ਼ੰਜੀਰ ਬਾਂਧ ਕਰ ਖੜੇ ਕਬੀਰ ਗੰਗ ਹੁਸੈਨ ਗੈਰ ਗੰਭੀਰ ਜ਼ੰਜੀਰ ਬਾਂਧ ਕਰ ਖੜੇ ਕਬੀਰ ਬਣ ਕੇ ਗੰਗਾ ਵਿੱਚ ਸੁੱਟ ਰਿਹਾ ਮਾਰ ਤੇ ਉਸੇ ਕਬੀਰ ਨੂੰ ਮੁਸਲਮਾਨ ਕਾਜ਼ੀ ਜਿਹੜਾ ਉਹ ਬਾਂਧ ਪੋਟ ਪੁੰਚ ਰੁਕੋ ਦੇਣਾ ਉਹ ਵੀ ਉਸੇ ਤਰ੍ਹਾਂ ਗੰਢ ਬੰਨ ਕੇ ਉਹਨੂੰ ਹਾਥੀ ਅੱਗੇ ਸੁੱਟ ਰਿਹਾ ਉਧਰ ਬ੍ਰਾਹਮਣ ਹੈ ਉਧਰ ਕਾਜ਼ੀ ਹੈ ਜਿੰਨਾ ਅਨਿਆਯ ਜਿੰਨਾ ਜ਼ੁਲਮ ਉਹ ਸਾਰਾ ਧਰਮ ਨਾਮ ਥੱਲੇ ਹੋ ਗਿਆ ਧਰਮ ਦੀ ਵਰਤੋਂ ਅੱਜ ਵੀ ਉਹ ਕੁਝ ਹੋ ਰਿਹਾ ਮੈਂ ਕਹਿੰਦਾ ਸੁਭਾਵਿਕ ਗੱਲ ਹੈ ਅਕਾਲ ਤਖਤ ਦੇ ਨਾਮ ਤੋਂ ਕਿਸੇ ਨੂੰ ਛੇਕ ਦਿੱਤਾ ਜਾਏ ਉਹ ਧਰਮੀ ਵਗਿਆ ਉਹਦੇ ਖਿਲਾਫ ਕੋਈ ਨਹੀਂ ਬੋਲੇਗਾ ਕਿਉਂਕਿ ਉਹ ਧਰਮ ਦੀ ਮੋਹ ਲੱਗ ਗਈ ਨਾ ਜਿੱਥੇ ਵੀ ਧਰਮ ਦੀ ਮੋਹਰ ਲੱਗੇਗੀ ਉਹ ਜਸਟੀਫਾਈ ਹੋ ਜਾਏਗਾ ਕੋਈ ਬੋਲੇਗਾ ਨਹੀਂ ਉੱਥੇ ਇਨਸਾਫ ਲਈ ਕੋਈ ਬੋਰੀ ਨਹੀਂ ਕਰੇਗਾ ਸੰਸਾਰਕ ਅਦਾਲਤ ਵਿੱਚੋਂ ਤੁਸੀਂ ਅਨਿਆਇ ਹੋ ਜਾਏ ਅਗਲੀ ਅਦਾਲਤ ਵਿੱਚ ਜਾ ਕੇ ਅਪੀਲ ਕਰ ਸਕਦੇ ਹੋ ਅਗਲੀ ਪਰ ਜੇ ਧਰਮ ਦੀ ਅਦਾਲਤ ਵਿੱਚ ਕੋਈ ਫੈਸਲਾ ਹੋ ਜਾਏ ਉਹਦੀ ਕੋਈ ਅਪੀਲ ਨਹੀਂ ਇਹਦੀ ਧਾਰਮਿਕ ਅਵਗਿਆ ਧਾਰਮਿਕ ਅਵਗਿਆ ਦੀ ਸਜ਼ਾ ਜਿਸ ਤਰ੍ਹਾਂ ਦੀ ਮਰਜ਼ੀ ਦੇ ਦਿਓ ਅੱਜ ਵੀ ਹੋ ਰਹੀ ਹਨ ਕਿਉਂਕਿ ਧਾਰਮਿਕ ਅਵਗਿਆ ਇਸ ਲਈ ਕੋਈ ਦਲੀਲ ਅਪੀਲ ਨਹੀਂ ਹੁਣ ਇਸ ਗੱਲ ਦਾ ਫਾਇਦਾ ਵਕਤ ਦੇ ਸਤਾ ਤੇ ਬੈਠੇ ਹੋਏ ਲੋਕਾਂ ਨੇ ਉਠਾਇਆ ਤੇ ਉਹਨਾਂ ਹਮੇਸ਼ਾ ਆਪਣੇ ਫੈਸਲਿਆਂ ਨੂੰ ਕਾਜ਼ੀ ਜਾਂ ਬ੍ਰਾਹਮਣ ਦੇ ਰਾਹੀਂ ਧਾਰਮਿਕ ਲੋਕਾਂ ਦੇ ਰਾਹੀਂ ਜਸਟੀਫਾਈ ਕੀਤਾ ਇਸੇ ਲਈ ਉਹਨਾਂ ਸਾਰੇ ਅਨਿਆਇ ਤੇ ਜ਼ੁਲਮ ਦਾ ਨਾਮ ਜਿਹੜਾ ਹੈ ਉਹ ਧਰਮੀ ਹੋ ਗਿਆ ਧਰਮ ਕੀ ਸੀ ਹਲਾਲ ਹੋ ਗਿਆ ਉਸੇ ਹਲਾਲ ਨਾਮ ਟਿਕ ਗਿਆ ਹਾਲਾਂਕਿ ਗੁਰਬਾਣੀ ਤੇ ਈਵਨ ਗੁਰਬਾਣੀ ਕੀ ਜੇ ਇਸਲਾਮ ਕੋਲੋਂ ਵੀ ਪੁੱਛੀਏ ਤੇ ਹਲਾਲ ਦਾ ਆਖਰੀ ਅਰਥ ਹੈ ਸੱਚ ਦੀ ਕਮਾਈ ਗੁਰੂ ਵੀ ਬਾਣੀ ਵਿੱਚ ਹੁਣੇ ਤੋਂ ਪਾਈ ਸੀ ਜਿੱਥੇ ਕਹਿੰਦਾ ਹੱਕ ਹਲਾਲ ਕੁਰਾਨ ਜਿਹੜਾ ਹੱਕ ਦੀ ਕਮਾਈ ਹੈ ਮੇਰਾ ਇਹ ਹੱਕ ਬਣਦਾ ਉੱਥੇ ਲਫ਼ਜ਼ ਨੇ ਹੱਕ ਪਰਾਇਆ ਨਾਨਕਾ ਉਹ ਸੂਰ ਸੁਗਾਏ ਜਿਹਨੂੰ ਉਹ ਹਲਾਲ ਕਹਿ ਰਹੇ ਨੇ ਜਿਹਨੂੰ ਕੁਰਬਾਨੀ ਆਖ ਰਹੇ ਨੇ ਉਹ ਹੈ ਭਾਵੇਂ ਸੂਰ ਦੀ ਦੇ ਰਿਹਾ ਮੁਸਲਮਾਨ ਭਾਵੇਂ ਗਾਂ ਦੀ ਦੇ ਰਿਹਾ ਹਿੰਦੂ ਹਿੰਦੂ ਗਾਂ ਨੂੰ ਦੀ ਕੁਰਬਾਨੀ ਉਹ ਕੁਰਬਾਨੀ ਸਮਝਦਾ ਹਾਲਾਂਕਿ ਮਾਰਦਾ ਨਹੀਂ ਜਿਵੇਂ ਮੁਸਲਮਾਨ ਰੱਖ ਹੈ ਸੂਰ ਦਾ ਜਿਵੇਂ ਰਾਖੀ ਕਰਦਾ ਹਿੰਦੂ ਗਊ ਦੀ ਉਹਦਾ ਕਾਰਨ ਕੀ ਹੈ ਕਿਉਂਕਿ ਉਹਨੂੰ ਉਹਨਾਂ ਨੇ ਧਰਮ ਦੇ ਨਾਮ ਥੱਲੇ ਲੈ ਲਿਆ ਹਰ ਬੇਇਨਸਾਫੀ ਜ਼ੋਰਾ ਜ਼ਰਬੀ ਨੂੰ ਧਰਮ ਦਾ ਨਾਮ ਦੇਣਾ ਇੱਕ ਹਲਾਲ ਹੈ ਤੇ ਗੁਰੂ ਆਖ ਰਿਹਾ ਨੇ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ ਇੱਧਰ ਆਖ ਰਿਹਾ ਨੇ ਹੱਕ ਹਲਾਲ ਕੁਰਾਨ ਤੇ ਅਸੀਂ ਹਲਾਲ ਕਿਹਦਾ ਨਾਂ ਰੱਖ ਲਿਆ ਇੰਨਾ ਪ੍ਰਚਲਿਤ ਕਰ ਲਿਆ ਕਿ ਅੱਜ ਸਾਡੇ ਸਟੋਰਾਂ ਤੇ ਵੀ ਜਿਹੜਾ ਉਹ ਖਾਣ ਦੀ ਪੈਕਿੰਗ ਹੈ ਉਹਦੇ ਤੇ ਲਿਖਿਆ ਹੋਇਆ ਹਲਾਲ ਇਹ ਹੱਕ ਦੀ ਕਮਾਈ ਹੈ
गुरबाणी ने हर गल नु स्पष्ट करना है। बाबा कबीर जी ने अज दे श्लोकां विच इह गल स्पष्ट कीती है ते कहिंदे ने जदों मैं रब कोलों पुछया ना, मालिक कोलों खुदावंद कोलों पुछया भी महाराज मेरे ते नाराज क्यों, तुसी मैनूं दसो मेरे विच की कमी है। कबीर हज काबे होए होए गया खेती बार, कबीर साई मुझ में क्या खता, मुखो ना बोले मैं गल नहीं करता। तो खुदावंद ने मैनू एक गल समझाई, भलिया तू हर अन्याय ते हर जुल्म दा नाम मेरे नाम ते धर्म दे नाम ते करना शुरू कर दिता। अज अज भी ये नहीं पुरातन पुरातन हिस्ट्री भी पढ़ लो तद भी हो पुजा, अज दे समय दे हालात भी वेख लो तुहाडे सामने जिन्ना अन्याय ते बेइंसाफी धर्म दे नाम थले हो रही है, जिन्नियां लड़ाइयां भावें इलैक्शन किसे ने जितने नाम धर्म दा, धर्म दी लड़ाई कराओ, धर्म दे नाम थले मनुख जज्बाती हो जांदा है। उस सोच जज्बात एक ओ क्रिया जिंदे च मनुख दी सोच खत्म हो जांदी है, जदों जज्बाती हो जाए उदों फिर सोच नहीं सकदा जायज है या नजायज है। सो जज्बाती लफज नूं धर्म दे नाम ते वरत्या, खारक दा जज्बा जिहड़ा है ओह उत्तेजित करो, जदों ओह धर्म नाम थले जज्बाती हो जाएगा ते फिर ओह नहीं सोचेगा कि जो कुछ मैं कर रहा है ये अन्याय है कि न्याय है, दया है कि जुल्म है। अज ते हालात ने हक पराया कि जमीन ते कब्जे भी धर्म दे नाल मेरे सामने, कोई पुरान बहुत ही पुरानी गल नहीं, कोई बड़िया की पहली गल है, हो सकता तुहाडे विच भी निगाह छाई होवे। बॉम्बे विच किसे ने किसे मकान ते कब्जा करना सी ते उत्थे उन्हें श्री गुरु ग्रंथ साहब का प्रकाश कर दिता, जिंदा मकान सी उन्हें दावा कर दिता, ਉਹਨੂੰ ਛੱਡਣਾ ਪਿਆ ਪਰ ਉਹ ਪੁਲ ਤਾਲਾ ਮਾਰ ਗਿਆ ਕਿ ਅੰਦਰ ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਜਾ ਸਕਦਾ। ਕਈ ਵਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅੰਦਰ ਰਿਹਾ, ਪੁਲਿਸ ਨੇ ਦਰਵਾਜ਼ਾ ਨਹੀਂ ਖੋਕਿਆ, ਅਦਾਲਤੀ ਫੈਸਲਾ ਨਹੀਂ ਸੀ ਹੋ ਰਿਹਾ, ਉੱਥੇ ਗੁਰੂ ਕੀ ਬੇਅਦਬੀ ਨਹੀਂ ਹੋਈ, ਪਰ ਅਸੀਂ ਕਬਜ਼ੇ ਕਰਨ ਦੇ ਖਿਆਲ ਨਾਲ ਧਰਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਰਤਿਆ। ਇਹ ਵੀ ਤੁਸੀਂ ਆਮ ਦੇਖ ਸਕਦੇ ਹੋ ਜਿੱਥੇ ਕਈ ਕਈ ਥਾਵਾਂ 'ਤੇ ਮਸੀਤਾਂ ਦੇ ਨਿਸ਼ਾਨ ਲਾ ਦਿੱਤੇ ਜਾਂਦੇ ਨੇ, ਮੰਦਰਾਂ ਦੇ ਨਿਸ਼ਾਨ ਲਾ ਦਿੱਤੇ ਜਾਂਦੇ ਨੇ, ਗੁਰਦੁਆਰਿਆਂ ਦੇ ਨਿਸ਼ਾਨ ਸਭ ਪਾਰਕਾਂ 'ਚ ਲਾ ਕੇ ਉੱਥੇ ਗੁਰਦੁਆਰਾ ਬਣਾ ਦਿੱਤਾ ਜਾਂਦਾ, ਕਿਉਂਕਿ ਉਸ ਥਾਂ 'ਤੇ ਕਬਜ਼ਾ ਐਵੇਂ ਤੁਸੀਂ ਕਰ ਨਹੀਂ ਸਕਦੇ, ਧਰਮ ਦੇ ਨਾਮ ਥੱਲੇ ਹੋ ਜਾਂਦਾ, ਧਰਮ ਦੇ ਨਾਮ ਥੱਲੇ ਹੋ ਜਾਂਦਾ। ਤਾਂ ਧਰਮ ਨੂੰ ਅਸੀਂ ਨਜਾਇਜ਼ ਵਰਤ ਰਹੇ ਹਾਂ, ਧਰਮ ਦੀ ਨਜਾਇਜ਼ ਵਰਤੋਂ ਜਿਹੜੀ ਹੈ ਉਹਦਾ ਜ਼ਿਕਰ ਹੈ ਬਾਬਾ ਕਬੀਰ ਜੀ ਦੀ ਰਚਨਾ ਤੋਂ। ਕਹਿਣ ਲੱਗੇ ਸਭ ਤੋਂ ਵੱਡਾ ਦੁੱਖ ਬਾਬਾ ਕਬੀਰ ਕਹਿੰਦੇ ਨੇ, ਮੇਰੇ ਮਾਲਕ ਨੇ ਮੈਨੂੰ ਇਹ ਸਮਝਾਇਆ ਕਿ ਤੂੰ ਹਰ ਜ਼ੁਲਮ, ਹਰ ਪਾਪ, ਹਰ ਗੁਨਾਹ, ਹਰ ਬੇਇਨਸਾਫੀ ਮੇਰੇ ਨਾਂ 'ਤੇ ਕਰ ਰਿਹਾ ਹੈ, ਅਤੇ ਉਸ ਆਪਣੇ ਗੁਨਾਹ ਦਾ ਨਾਂ ਤੂੰ ਹਲਾਲ ਰੱਖ, ਕਿਉਂਕਿ ਜਦੋਂ ਉਹ ਧਰਮ ਦੇ ਨਾਮ ਥੱਲੇ ਹੋ ਗਿਆ ਤਾਂ ਜਸਟੀਫਾਈ ਹੋ ਗਿਆ, ਹਲਾਲ ਮੇਰਾ ਹੱਕ ਹੈ, ਮੇਰਾ ਹੱਕ ਹੈ। ਤੇ ਬਾਬਾ ਕਬੀਰ ਜੀ ਦਾ ਇਹੋ ਖਿਆਲ ਹੈ ਇਹਨਾਂ ਦੋ ਸਲੋਕਾਂ ਵਿੱਚ, ਜਵਾਬ ਹੈ ਮੇਰੇ ਖੁਦਾਵੰਦ ਵੱਲੋਂ ਕਿ ਹੇ ਪ੍ਰਭੂ, ਕਿ ਹੇ ਮਨੁੱਖ, ਇੱਕ ਖਿਆਲ ਕਰੀ, ਤੂੰ ਖੁਦਾ ਦੇ ਦਰ 'ਤੇ ਆ ਕੇ ਵੀ ਖੁਦਾ ਨੂੰ ਖੁਸ਼ ਪ੍ਰਸੰਨ ਨਹੀਂ ਦੇਖ ਸਕੇਗਾ ਜੇ ਤੂੰ ਆਪਣਾ ਸੁਧਾਰ ਕਰਕੇ ਧਰਮ ਨੂੰ ਧਰਮ ਦੇ ਰੂਪ ਵਿੱਚ ਨਹੀਂ ਵਰਤੇਗਾ, ਧਰਮ ਨੂੰ ਅਨਿਆਇ 'ਤੇ ਜ਼ੁਲਮ ਕਰਨ ਦਾ ਇੱਕ ਸਰਟੀਫਿਕੇਟ ਨਾ ਬਣਾ। ਅੱਜ ਵੀ ਸੱਚਾ ਬਾਬਾ ਕਬੀਰ ਜੀ ਦੇ ਇਹਨਾਂ ਲਫ਼ਜ਼ਾਂ ਨੂੰ ਤੁਸੀਂ ਰੋਜ਼ਾਨਾ ਜੀਵਨ ਵਿੱਚ ਅੱਖੀਂ ਦੇਖ ਸਕਦੇ ਹੋ ਕਿ ਜਿੰਨਾ ਕੁਝ ਪੁਰਾਤਨ ਸਮੇਂ ਤੋਂ ਭਾਵੇਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ,
ਤੁਸੀਂ ਉੱਥੇ ਦੇਖ ਲਓ ਵਜੀਦਾ ਫੈਸਲਾ ਕਰਨ ਵਾਲਾ ਪਰ ਆਪਣਾ ਫੈਸਲਾ ਆਪ ਨਹੀਂ ਸੁਣਾਉਂਦਾ ਕਾਜ਼ੀ ਨੂੰ ਕਹਿੰਦਾ ਫਤਵਾ ਲਾ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਫਤਵਾ ਕਾਜ਼ੀ ਲਾ ਰਿਹਾ ਕਿਉਂ ਕਿਉਂਕਿ ਕਾਜ਼ੀ ਜਦੋਂ ਲਾ ਦਿੱਤਾ ਉਹ ਨਿਆਏ ਨਿਆਏ ਬਣ ਜਾਏਗਾ ਉਹ ਹਰਾਮ ਹਲਾਲ ਹੋ ਜਾਏਗਾ ਉਹ ਅਧਰਮ ਧਰਮ ਬਣ ਜਾਏਗਾ ਹਾਲਾਂਕਿ ਗੁਰੂ ਇਹ ਆਖ ਰਹੇ ਨੇ ਕਿ ਜਾਂ ਗਿਆਨ ਤੇ ਧਰਮ ਹੈ ਗੁਰੂ ਇਹ ਆਖ ਰਹੇ ਨੇ ਤਾਹੁਲ ਧਰਮ ਦਇਆ ਦਾ ਪੂਤ ਉੱਥੇ ਜ਼ੁਲਮ ਨਹੀਂ ਉੱਥੇ ਅਨਿਆਏ ਨਹੀਂ ਉੱਥੇ ਬੇਇਨਸਾਫੀ ਨਹੀਂ ਤੇ ਜਿੱਥੇ ਮਾਂ ਹੀ ਨਾ ਰਵੇ ਦਇਆ ਹੀ ਨਾ ਰਵੇ ਜ਼ੁਲਮ ਆ ਜਾਏ ਉੱਥੇ ਧਰਮ ਕਿੱਥੇ ਰਹੇਗਾ ਦਇਆ ਦਾ ਪੁੱਤਰ ਹੈ ਗੁਰਬਾਣੀ ਆਖ ਰਹੀ ਤਾਹੁਲ ਧਰਮ ਇਸ ਲਈ ਬਾਬਾ ਕਬੀਰ ਜੀ ਦੇ ਅੱਜ ਦੇ ਦੋ ਸਲੋਕ ਉਸ ਪਹਿਲੇ ਦੋ ਸਲੋਕਾਂ ਦੇ ਜਵਾਬ ਵਿੱਚ ਨੇ ਕਹਿੰਦੇ ਨੇ ਤੂੰ ਜੋ ਕੁਝ ਵੀ ਕਰ ਰਿਹਾ ਹੈ ਕੁਰਬਾਨੀ ਦੇ ਨਾਮ ਥੱਲੇ ਭਾਵੇਂ ਗਊ ਦੀ ਤੇ ਭਾਵੇਂ ਸੂਰ ਦੀ ਤੇ ਭਾਵੇਂ ਸੰਸਾਰ ਦੇ ਕਿਸੇ ਮਨੁੱਖ ਦੇ ਪਰਾਏ ਹੱਕ ਨੂੰ ਮਾਰਨ ਦੀ ਜੋ ਕੁਝ ਅਨਿਆਏ ਬੇਇਨਸਾਫੀ ਕਰਨੇ ਆ ਉਹ ਸਾਰੀ ਨੂੰ ਤੂੰ ਹਲਾਲ ਸਮਝਾਉਣ ਲਈ ਦੁਨੀਆਂ ਦੇ ਸਾਹਮਣੇ ਇੱਕ ਧਰਮ ਦਾ ਸਰਟੀਫਿਕੇਟ ਰੱਖਣ ਲਈ ਤੂੰ ਧਰਮ ਦੀ ਵਰਤੋਂ ਕਰਨੀ ਹੈ ਇਸ ਲਈ ਮੇਰੇ ਨਾਲ ਤੇਰਾ ਕੋਈ ਰਿਸ਼ਤਾ ਨਹੀਂ ਕਿਉਂਕਿ ਤੂੰ ਅੰਦਰੋਂ ਹੋ ਰਿਹਾ ਹੈ ਬਾਹਰੋਂ ਹੋ ਰਿਹਾ ਹੈ ਸਤਿਗੁਰੂ ਕਹਿੰਦੇ ਨੇ ਜਿਨ ਮਨ ਹੋਰ ਮੁੱਖ ਹੋਰ ਸਿੱਕਾ ਦੇ ਕੱਚਿਆ ਸੋ ਪਿਛਲੇ ਦੋ ਸਲੋਕਾਂ ਦਾ ਜਵਾਬ ਇਹਨਾਂ ਦੋ ਸਲੋਕਾਂ ਵਿੱਚ ਹੈ ਨਿਰੰਕਾਰ ਵੱਲੋਂ ਦਿੱਤਾ ਹੋਇਆ ਖੁਦਾਵੰਦ ਵੱਲੋਂ ਦਿੱਤਾ ਹੋਇਆ ਕਹਿਣ ਲੱਗੇ ਤੂੰ ਜਿੰਨੀ ਵਾਰ ਮਰਜ਼ੀ ਆ ਕਾਬੇ ਵਿੱਚ ਕੋਈ ਫਾਇਦਾ ਨਹੀਂ ਮੈਂ ਤੈਨੂੰ ਮੂੰਹ ਨਹੀਂ ਲਾ ਸਕਦਾ ਕਿਉਂ ਕਿਉਂਕਿ ਇੱਕ ਖਿਆਲ ਕਰੀ ਤੂੰ ਅਨਿਆਏ ਤੇ ਜ਼ੁਲਮ ਨੂੰ ਹਲਾਲ ਕਹਿ ਦਿੱਤਾ ਹੈ ਹਲਾਲ ਮੇਰਾ ਘਰ ਹੈ ਖੁਦਾਵੰਦ ਦਾ ਘਰ ਹੈ ਜਿੱਥੇ ਹੱਕ ਹਲਾਲ ਕੁਰਾਨ ਹੈ ਅਗਲੀ ਤੋਂ ਪੜ੍ਹੋ ਸ਼ਰਮ ਸੁਨਤ ਸੀਲ ਰੋਜ਼ਾ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਮੀ ਸਾਤ ਸੁਭਾਵ ਸੀ ਨਾਨਕ ਰੱਖੇ ਲਾਜ ਗੁਰੂ ਨਾਨਕ ਸਭ ਤੋਂ ਸਪਸ਼ਟ ਕਰ ਰਹੇ ਨੇ ਕਹਿੰਦੇ ਨੇ ਰੱਬ ਦਾ ਘਰ ਤਾਂ ਇਹ ਹੈ ਕੁਰਾਨ ਕਿਹੜਾ ਹੈ ਉਹ ਹੈ ਹੱਕ ਹਲਾਲ ਕੁਰਾਨ ਹੋਰ ਕਿਸੇ ਕੁਰਾਨ ਨੂੰ ਪੜ੍ਹਨ ਦੀ ਲੋੜ ਨਹੀਂ ਜੇ ਤੂੰ ਇੰਨਾ ਹੀ ਨਹੀਂ ਸਮਝ ਸਕਿਆ ਕਿ ਮੈਂ ਆਪਣਾ ਹੱਕ ਖਾਣਾ ਹੈ ਬੇਹੱਕ ਕਿਸੇ ਦਾ ਹੱਕ ਪਰਾਇਆ ਨਾਨਕਾ ਨਹੀਂ ਖਾਣਾ ਗੁਰੂ ਤਾਂ ਬਾਰ ਬਾਰ ਇਹ ਗੱਲ ਸਮਝਾ ਰਹੇ ਨੇ ਸਹੀ ਪੀਤੀ ਸੰਤੋਖੀ ਜਿੰਨੀ ਸੱਚੋ ਸੱਚ ਤੇ ਆਇਆ ਓਨੀ ਮੰਦੇ ਪੈਰ ਨ ਰੱਖਿਓ ਅਗਲੀ ਤੋਂ ਕੀ ਹੈ ਕਰ ਸੁਕਿਰਤ ਧਰਮ ਕਮਾਇਆ ਚੰਗੀ ਕਮਾਈ ਕਰਕੇ ਹੱਕ ਹਲਾਲ ਦੀ ਕਮਾਈ ਕਰਕੇ ਆਪਣੇ ਉਦਮ ਦੀ ਕਮਾਈ ਕਰਕੇ ਉਹ ਆਪਣੇ ਜੀਵਨ ਦੇ ਬਸ ਉਹ ਹਲਾਲ ਹੈ ਜੇ ਤੂੰ ਪਰਾਇਆ ਹੱਕ ਪਰਾਈ ਸ਼ਕਤੀ ਜੇ ਤੂੰ ਕੇਵਲ ਆਪਣਾ ਜ਼ੋਰ ਅਜਮਾਈ ਕਰਨੀ ਹੋਵੇ ਵੀ ਮੇਰੇ ਕੋਲ ਤਾਕਤ ਹੈ ਆ ਸਰਕਾਰਾਂ ਕੀ ਕਰ ਰਹੀਆਂ ਨੇ ਕਿਉਂਕਿ ਉਹਨਾਂ ਕੋਲ ਤਾਕਤ ਹੈ ਤੇ ਗੁਰੂ ਨੇ ਸ਼ੇਖ ਨੂੰ ਮੁਖਾਤਬ ਕਰਕੇ ਗੱਲ ਕਿਉਂ ਆਖੀ ਸੇਖਾ ਅੰਦਰੋਂ ਜ਼ੋਰ ਛੱਡ ਕਿਉਂਕਿ ਸ਼ੇਖ ਤੋਂ ਭਾਵ ਇੱਕ ਇਸਲਾਮ ਦਾ ਧਰਮੀ ਕਾਜ਼ੀ ਉਹਦੇ ਰਾਹੀਂ ਸਾਰਾ ਜ਼ੋਰ ਜ਼ੋਰ ਜ਼ੁਲਮ ਹੋ ਰਿਹਾ ਤੇ ਗੁਰੂ ਨਾਨਕ ਉਹਨੂੰ ਮੁਖਾਤਬ ਕਰਕੇ ਆਖ ਰਿਹਾ ਨੇ ਸੇਖਾ ਅੰਦਰੋਂ ਜ਼ੋਰ ਛੱਡ ਜ਼ੋਰ ਅਜਰਬੀ ਕਰਨੀ ਛੱਡ ਦੇ ਤੂੰ ਪਹੋ ਕਰ ਰੱਬ ਤੋਂ ਡਰ ਚੱਲ ਗਵਾਏ ਤੂੰ ਤੇ ਆਪਣੀ ਸ਼ਕਤੀ ਦੇ ਨਾਲ ਤਾਂ ਚੱਲਣਾ ਹੋ ਗਿਆ ਆਪਾਂ ਜਿਵੇਂ ਕਹਿੰਦੇ ਹਾਂ ਸੋਚ ਸ਼ਕਤੀ ਖਤਮ ਹੋ ਗਈ ਤੂੰ ਸੋਚ ਹੀ ਨਹੀਂ ਰਿਹਾ ਕਿ ਇਹ ਨਿਆਏ ਹੈ ਕਿ ਅਨਿਆਏ ਹੈ ਹੱਕ ਹੈ ਕਿ ਹਲਾਲ ਹੈ ਕਿ ਹਰਾਮ ਹੈ ਪਾਓ ਘਰ ਚੱਲ ਗਵਾਏ ਕਹਿਣ ਲੱਗੇ ਹਲਕੇ ਬਾਣਕੇ ਤੇ ਨਿਸਤਰੇ ਅਗਲੇ ਪਾਸੇ ਲੋਕ ਕਹਿੰਦੇ ਮਨ ਕਠੋਰ
ਸ਼ਬਦ ਭੇਦ ਤੂੰ ਸ਼ਾਂਤ ਵਸੇ ਮਨ ਆਇਆ। ਇਹ ਠੀਕ ਹੈ, ਤੇਰਾ ਮਨ ਇੰਨਾ ਕਠੋਰ ਹੋ ਗਿਆ ਤੇ ਤੇਰੇ ਤੇ ਧਰਮ ਦੀ ਦਾ ਕੋਈ ਅਸਰ ਨਹੀਂ ਹੋ ਗਿਆ, ਪਰ ਸ਼ਬਦ ਨਾਲ ਇਸ ਬਾਣੀ ਨਾਲ ਗੁਰੂ ਉਪਦੇਸ਼ ਨਾਲ ਇਸ ਕਠੋਰ ਮਨ ਨੂੰ ਵਿੰਨ ਤਾਂ ਕਿ ਅੰਦਰ ਸੱਚ ਸਮਾ ਸਕੇ। ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੇ ਮਨ ਆਏ, ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਈ ਥਾਏ। ਰੱਬ ਨੂੰ ਉਹ ਪਰਖਣੋ ਜ਼ੋਰ ਜ਼ੁਲਮ ਨਾਲ ਨੇ। ਆਪਾਂ ਸੁਖਮਣੀ ਸਾਹਿਬ ਵਿੱਚ ਵੀ ਰੋਜ਼ ਤੋਂ ਪੜ੍ਹਨਾ, ਜੋ ਜਾਣੇ ਸਭ ਤੇ ਆਪ ਜਾਣੇ ਬਲਵੰਤ। ਬਲਵੰਤ ਕੀ ਹੈ? ਜੋਰਾ ਜੋਰ ਵੀ ਕਰਨ ਵਾਲਾ, ਬਲ ਵਾਲਾ, ਸ਼ਕਤੀਸ਼ਾਲੀ। ਭਾਵੇਂ ਉਹਦੇ ਕੋਲ ਉਹ ਤਾਕਤ ਤਲਵਾਰ ਦੀ ਹੋਵੇ ਤੇ ਭਾਵੇਂ ਰਾਜਨੀਤਿਕ ਸਿਆਸੀ ਗੱਦੀ ਦੀ ਹੋਵੇ, ਤਾਕਤ ਤਾਂ ਤਾਕਤ ਹੈ। ਸਤਿਗੁਰੂ ਕਹਿੰਦੇ ਨੇ ਸਭ ਤੇ ਆਪ ਜਾਣੇ ਬਲਵੰਤ, ਜਿਹੜੀ ਤਾਕਤ ਮੇਰੇ ਕੋਲ ਹੈ ਇਹ ਕਿਸੇ ਕੋਲ ਨਹੀਂ, ਮੈਂ ਹਰ ਇੱਕ ਨੂੰ ਦਬਾ ਕੇ ਗੁਲਾਮ ਰੱਖ ਸਕਣਾ। ਸਭ ਤੇ ਆਪ ਜਾਣੇ ਬਲਵੰਤ, ਫਿਰ ਮੈਂ ਹੋ ਜਾਏ ਪਸਮੰਤ, ਕਿਸੇ ਨਾ ਵਧਾਇਆ ਭਾਵ ਕਿਸੇ ਨੂੰ ਕਿਸੇ ਗਿਣਤੀ ਵਿੱਚ ਨਹੀਂ ਰੱਖਦਾ। ਕਹਿੰਦਾ ਮੇਰੇ ਸਾਹਮਣੇ ਕੋਈ ਕੀ ਹੈ, ਕਿਸੇ ਨਾ ਬਦਾਇਆ ਆਪ ਅਹੰਕਾਰੀ। ਆਪਣੇ ਹੰਕਾਰ ਵਿੱਚ ਇਹ ਸਾਰਾ ਅਨਿਆਏ ਤੇ ਜ਼ੁਲਮ ਕਰਨ ਵਾਲਿਆ, ਇਹਨੂੰ ਧਰਮ ਦਾ ਨਾਮ ਦੇ ਕੇ ਦੁਨੀਆਂ ਅੰਦਰ ਇਹ ਇਲਜ਼ਾਮ ਮੇਰੇ ਤੇ ਨਾ ਲਾ, ਮੇਰਾ ਖੁਦਾਵੰਦ ਆ ਗਿਆ। ਬਾਬਾ ਕਬੀਰ ਉਸੇ ਦਾ ਜ਼ਿਕਰ ਕਰ ਰਹੇ ਨੇ ਤੇ ਕਹਿੰਦੇ ਜਾਏਗਾ। ਉਦੋਂ ਕਿਸੇ ਨੇ ਵੀ ਤੇਰਾ ਸਾਥ, ਕਿਸੇ ਨੇ ਤੇਰੀ ਹਮਦਰਦੀ, ਕਿਸੇ ਨੇ ਤੇਰੀ ਹਾਮੀ ਨਹੀਂ ਭਰਨੀ। ਹਲਾਲ ਕੀ ਹੈ? ਉਹ ਫਲਿਆ ਤੇਰੀਆਂ ਤਾਂ ਨਮਾਜ਼ਾਂ ਹੀ ਹਲਾਲ ਬਿਨਾ ਨਹੀਂ ਪੂਰੀਆਂ ਹੁੰਦੀਆਂ। ਅੱਜ ਨਾ ਪੈਕਿੰਗ 'ਤੇ ਲਿਖਿਆ ਹੋਇਆ ਇਸ ਹਲਾਲ ਦਾ ਨਮਾਜ਼ ਹੋਣੀ ਨਹੀਂ। ਹੱਕ ਹਲਾਲ ਕੁਰਾਨ ਫੈਸਲੇ ਬਣੀ ਦੇ ਨੇ, ਅਸੀਂ ਤਾਂ ਕੇਵਲ ਸਮਝਣਾ ਸਮਝਾਉਣਾ ਹੈ। ਗੁਰੂ ਕਹਿੰਦੇ ਨੇ ਫਲਿਆ ਹਲਾਲ ਹੈ ਸੱਚ ਨਾਲ ਜੁੜਨਾ, ਹੱਕ ਨਾਲ ਜੁੜਨਾ, ਪਰ ਤੂੰ ਬੇਇਨਸਾਫੀਆਂ ਤੇ ਜ਼ੋਰਾ ਜ਼ਰਬੀ ਤੰਗਾ ਜ਼ੋਰੀ ਨਾਲ ਹਲਾਲ ਨਾਮ ਜੋੜ ਲਿਆ। ਹਰ ਬੇਇਨਸਾਫੀ ਧਰਮ ਦੇ ਨਾਮ ਥੱਲੇ ਹੋ ਰਹੀ ਹੈ, ਹਰ ਅਨਿਆਏ ਜ਼ੁਲਮ ਧਰਮ ਦੇ ਨਾਮ ਥੱਲੇ ਹੋ ਰਿਹਾ।
ਜਿੰਨੀ ਕਮਾਈ ਹੈ ਸਾਰੀ ਸਾਡੀ ਧਰਮ ਦੇ ਨਾਮ ਥੱਲੇ ਬੇਇਨਸਾਫੀ ਦੀ ਹੱਕ ਦੀ ਨਹੀਂ ਪਰਾਏ ਹੱਕ ਦੀ ਹੋ ਰਹੀ। ਸੋ ਇਹ ਗੱਲਾਂ ਬਾਬਾ ਕਬੀਰ ਜੀ ਦੀਆਂ ਸਮਝਣ ਵਾਲੀਆਂ ਨੇ, ਬਲਕਿ ਅਗਲੇ ਸਲੋਕਾਂ ਦਾ ਵੀ ਬੜਾ ਸੰਬੰਧ ਹੈ ਇਸ ਵਿਸ਼ੇ 'ਤੇ ਵੀ ਰੱਬ ਨੇ ਖੁਦਾਵੰਦ ਨੇ ਕਾਬੇ ਵਿੱਚ ਜਾਣ ਵਾਲੇ ਨੂੰ ਕੀ ਸਮਝਾਇਆ ਕਿ ਜੀਵਨ ਦਾ ਮਕਸਦ ਸਮਝਣਾ ਹੈ, ਜਿਹੜਾ ਬਾਬਾ ਕਬੀਰ ਜੀ ਇਹਨਾਂ ਸਲੋਕਾਂ ਵਿੱਚ ਸਮਝਾ ਰਹੇ ਨੇ ਇਹਨਾਂ ਸ਼ਬਦਾਂ ਨਾਲ। ਖਮਾਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।